ਪੰਜਾਬ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਲੈ ਕੇ ਸਮੇਂ-ਸਮੇਂ ਤੇ ਜਥੇਬੰਦੀਆਂ ਨੇ ਉਪਰਾਲੇ ਕੀਤੇ ਜਾਂਦੇ ਹਨ ਕਿ ਸਾਡੀ ਪੰਜਾਬੀ ਭਾਸ਼ਾ ਨੂੰ ਘਾਤਕ ਕਿੱਦਾਂ ਪਹੁੰਚਾਇਆ ਜਾਵੇ ਕਈ ਖੁਰ ਵੀ ਲਾ ਦੇ ਨੇ ਪੰਜਾਬੀ ਭਾਸ਼ਾ ਨੂੰ ਆਪਾਂ ਸਕੂਲਾਂ ਦੀ ਗੱਲ ਕਰ ਲਈ ਜਾਂ ਕਾਲਜਾਂ ਦੀ ਗੱਲ ਕਰ ਲਈਏ ਉੱਥੇ ਪੰਜਾਬੀ ਭਾਸ਼ਾ ਬੋਲਣ ਵੀ ਦਿੱਤੀ ਜਾਂਦੀ ਤੇ ਉੱਥੇ ਜਮਾਨਾ ਵੀ ਪੈਂਦਾ ਹੁਣ ਅੱਜ ਇੱਕ ਮੀਟਿੰਗ ਹੋਈ ਹੈ 16 ਸੈਕਟਰ ਦੇ ਵਿੱਚ ਸੁਜੀਤ ਪਾਤਰ ਦੇ ਰਹਿਮਾਨੀ ਹੇਠ ਇੱਕ ਮੀਟਿੰਗ ਹੋਈ ਹੈ ਉਸ ਵਿੱਚ ਖੋਜ ਜਥੇਬੰਦੀਆਂ ਨੇ ਵੀ ਭਾਗ ਲਿਆ ਤੇ ਕੀ ਉਪਰਾਲਾ ਕੀਤਾ ਪੰਜਾਬੀ ਪਾਸ਼ਨ ਹੋ ਕੇ ਵਿਦਵਾਨ ਵਾਸਤੇ ਮੀਟਿੰਗ ਵਿੱਚ ਕੀ ਕੀ ਫੈਸਲਾ ਹੋਇਆ ਇਹਨਾਂ ਆਪਾਂ ਸੁਜੀਤ ਪਾਤਲ ਜੀ ਨਾਲ ਵੀ ਗੱਲ ਕਰਾਂਗੇ ਸਾਡੇ ਨਾਲ ਨੇ ਸੋ ਤੁਹਾਡਾ ਬਹੁਤ ਸਵਾਗਤ ਹੈ ਜੀ ਇਹ ਆਈ ਦੀ ਮੀਟਿੰਗ ਅਸੀਂ ਜਾਨੀ ਇੱਕ ਸਾਡਾ ਇੱਕ ਇੱਕ ਸਤਰੀ ਸਵਾਲ ਸਿਗਾ ਕਿ ਪੰਜਾਬੀ ਦੇ ਉਜਲੇ ਪਵਿੱਖ ਲਈ ਕੀ ਕਰਨਾ ਲੋੜੀਏ ਕੀ ਕਰਨਾ ਚਾਹੀਦਾ ਤੇ ਇਸ ਸਵਾਲ ਤੇ ਵਿਚਾਰ ਕਰਨ ਲਈ ਸਾਰੀਆਂ ਜਿਹੜੀਆਂ ਪੰਜਾਬੀ ਭਾਸ਼ਾ ਤੇ ਸਾਹਿਤ ਲਈ ਕੰਮ ਕਰ ਰਹੀਆਂ ਜਿਹੜੀਆਂ ਅਕੈਡਮੀਆ ਦੋਨੋਂ ਕੇਂਦਰੀ ਲੇਖਕ ਸੁਭਾਵਾਂ ਆ ਹੋਰ ਮੰਚ ਕਈ ਔਰ ਕਈ ਜਿਹੜੇ ਪਾਸ਼ਾ ਦੇ ਚਿੰਤਕ ਜਾਂ ਪਾਸ਼ਾ ਦੇ ਹਮਾਇਤੀ ਜਿਹੜੇ ਪਾਸ਼ਾ ਦੇ ਪਾਸ਼ਾ ਦੇ ਆਪਣੀ ਦੇ ਰਤਬੇ ਲਈ ਇਹਦੀ ਇਹਦੀ ਸ਼ਾਨ ਲਈ ਕੰਮ ਕਰ ਰਹੇ ਉਹ ਸਭ ਲੋਕ ਇੱਥੇ ਇਕੱਤਰ ਹੋਏ ਔਰ ਇਹ ਸੋਚਿਆ ਗਿਆ ਕਿ 10 12 13 ਹੁੰਦੀਆਂ ਜਿਹੜੀਆਂ ਕਿਸੇ ਪਾਸ਼ਾ ਦੇ ਵਿਕਾਸ ਦੇ ਜਾਂ ਉਹਨੂੰ ਰਤਬਾ ਦਿਵਾਉਣ ਚ ਸਾਈ ਹੁੰਦੀਆਂ ਜਿਹਦੇ ਵਿੱਚ ਲੋਕ ਹੁੰਦੇ ਆ ਸਹਿਯੋਗਕਰ ਹੁੰਦੇ ਆ ਸਰਕਾਰ ਹੁੰਦੀ ਆ ਵਿੱਦਿਅਕ ادارے ਹੁੰਦੇ ਆ ਰੰਗ ਮੰਚ ਹੁੰਦਾ ਗਾਇਕ ਹੁੰਦਾ ਫਿਲਮਾਂ ਹੁੰਦੀਆਂ ਪ੍ਰਕਾਸ਼ਕ ਹੁੰਦੇ ਤਾਂ ਇਹ ਸਾਰੀਆਂ तरहਾਂ ਕਿ ਇਹੋ ਇਹਨਾਂ ਨੂੰ ਕੀ ਕਰਨਾ ਚਾਹੀਦਾ ਆਪਾਂ ਹਾਂਜੀ ਹਾਂਜੀ ਅ ਜੀ ਸੋਚ ਦੇ ਵਿੱਚ ਅਸੀਂ ਇਹ ਵਿਚਾਰ ਕੀਤੀ ਵੀ ਕੁਝ ਕੰਮ ਨੇ ਜਿਹੜੇ ਸਰਕਾਰ ਨੂੰ ਕਰਨੇ ਚਾਹੀਦੇ ਜਿਵੇਂ ਅਸੀਂ ਕਿਹਨੇ ਵੀ ਅਦਾਲਤਾਂ ਦੀ ਭਾਸ਼ਾ ਜਿਹੜੀ ਆ ਉਹ ਸਾਡੇ ਸੂਬੇ ਦੀ ਭਾਸ਼ਾ ਹੋਵੇ ਕਿ ਹਾਕਮ ਤੇ ਮਹਿਕੂਮ ਦੀ ਜ਼ਬਾਨ ਇੱਕ ਹੋਵੇ ਜੇ ਕੋਈ ਵਕੀਲ ਬਹਿਸ ਕਰ ਰਹੇ ਤਾਂ ਉਹਨਾਂ ਨੂੰ ਪਤਾ ਹੋਵੇ ਜਿਹੜਾ ਮੁੱਦਾ ਹੀ ਆ ਕਿ ਜਾਂ ਜਿਹੜੇ ਤੇ ਅਸੀਂ ਜਿਹਨੂੰ ਮੁਜਰਮ ਬਣਾਇਆ ਉਹਨੂੰ ਪਤਾ ਹੋਵੇ ਕਿ ਮੇਰੇ ਬਾਰੇ ਕੀ ਬਹਿਸ ਹੋ ਰਹੀ ਆ ਸੋ ਇੱਕ ਅਦਾਲਤਾਂ ਦੀ ਭਾਸ਼ਾ ਬਾਰੇ ਫਿਰ ਸਕੂਲਾਂ ਦੀ ਭਾਸ਼ਾ ਜਿਹੜਾ ਜਿਵੇਂ ਪ੍ਰਾਈਵੇਟ ਸਕੂਲਾਂ 'ਚ ਪੰਜਾਬੀ ਬੋਲਣ ਤੇ ਜੁਰਮਾਨਾ ਹੁੰਦਾ ਅ ਇਸ ਗੱਲ ਨੂੰ ਬਹੁਤ ਬਰੀਕੀ ਨਾਲ ਇਸ ਬਾਰੇ ਗੱਲਬਾਤ ਹੋਈ ਔਰ ਇਹਦੀ ਨਿੰਦਿਆ ਵੀ ਕੀਤੀ ਗਈ ਸੋ ਇਸ ਤਰ੍ਹਾਂ ਹੀ ਹੋਰ ਬਹੁਤ ਸਾਰੇ ਵਿਸ਼ੇ ਲੈ ਕੇ ਇਸ ਬਾਰੇ ਵਿਚਾਰਾਂ ਕੀਤੀਆਂ ਗਈਆਂ ਔਰ ਖਾਸ ਕਰ ਸਹਿਤਕਾਰਾਂ ਲਈ ਵੀ ਜਾਂ ਬੱਚਿਆਂ ਲਈ ਬਾਲ ਗੀਤ ਲਿਖੇ ਜਾਣ ਜਾਂ ਬੱਚਿਆਂ ਲਈ ਕਾਰਟੂਨ ਫਿਲਮਾਂ ਵੀ ਪੰਜਾਬੀ ਚ ਹੋਣੀਆਂ ਚਾਹੀਦੀਆਂ ਸੋ ਕੋਈ ਭਾਸ਼ਾ ਹਰ ਉਮਰ ਦੇ ਲੋਕਾਂ ਦੀਆਂ ਜਗਿਆਸਾ ਪੂਰੀ ਕਰਨ ਵਾਲੀ ਹੋਵੇ ਇਹ ਸਹਿਤਕਾਰਾਂ ਦਾ ਫਰਜ਼ ਹੁੰਦਾ ਔਰ ਸਰਕਾਰ ਦਾ ਫਰਜ਼ ਹੈ ਕਿ ਉਸ ਭਾਸ਼ਾ ਨੂੰ ਉਹਦਾ ਬਣਦਾ ਸਥਾਨ ਵਿੱਦਿਅਕ ادارےਾਂ ਵਿੱਚ ਤੇ ਅਦਾਲਤਾਂ ਵਿੱਚ ਤੇ ਆਪਣੇ ਦਫ਼ਤਰਾਂ ਵਿੱਚ ਦੇਵੇ ਸੋ ਇਸ ਤਰ੍ਹਾਂ ਹੀ ਅਸੀਂ ਕਿੰਨੇ ਕਿ ਜਿਹੜੇ ਵਿਦਿਅਕ ادارے ਆ ਉਹਨਾਂ ਵਿੱਚ ਵੀ ਪੰਜਾਬੀ ਨੂੰ ਉਹਦੀ ਜੜੀ ਬਣਦੀ ਥਾਂ ਆ ਉਹ ਦੇਣੀ ਚਾਹੀਦੀ ਆ ਸੋ ਰੰਗ ਮੰਚ ਫਿਲਮਾਂ ਸੋ ਇਹ ਸਾਰੇ ਪ੍ਰਕਾਸ਼ਕਾਂ ਦੇ ਬਾਰੇ ਬੇਕ ਇੱਕ ਪ੍ਰਕਾਸ਼ਕ ਆਮ ਤੌਰ ਤੇ ਕਿਤਾਬਾਂ ਛਾਪਦੇ ਪਰ ਉਹ ਬਹੁਤ ਵਾਰੀਦਾ ਹੁੰਦਾ ਕਿ ਕਿਤਾਬਾਂ ਬਹੁਤ ਛਪਦੀਆਂ ਉਹਨਾਂ 'ਤੇ ਕੋਈ ਇਦਾਂ ਨਹੀਂ ਹੁੰਦਾ ਕਿ ਕੋਈ ਉਸ ਨੂੰ ਪਰਖਣ ਉਹ ਸਿਰਫ ਆ ਕਿ ਜਿਹੜਾ ਬੰਦਾ ਦੇ ਦੇ ਪੈਸੇ ਕਿ ਮੈਂ ਮੇਰੇ ਆਲੋ ਚਪਾਈ ਦੇ ਪੈਸੇ ਔਰ ਪ੍ਰਕਾਸ਼ਕ ਸਾਡੇ ਪ੍ਰਿੰਟਰ ਬਣ ਕੇ ਰਹਿ ਗਏ ਬਹੁਤ ਸਾਰੇ ਪ੍ਰਕਾਸ਼ਕ ਸੋ ਇਹਨਾਂ ਸਾਰੇ ਮਸਲਿਆਂ ਤੇ ਵਿਚਾਰ ਕੀਤੀ ਗਈ ਸਰ ਜਿਵੇਂ ਤੁਸੀਂ ਉਹਨਾਂ ਨਾਲ ਗੱਲ ਕੀਤੀ ਹੈ ਕਿ ਅ ਸਰਕਾਰਾਂ ਨੂੰ ਵੀ ਤਾਂ ਸੁਚੇਤ ਹੋਣਾ ਚਾਹੀਦਾ ਹੈ ਜਾਂ ਕਿਤਾਬਾਂ ਵੀ ਆਪ ਦੇਖਦੇ ਆਂ ਕਿ ਹੁਣ ਕਿਤਾਬਾਂ ਵਾਲੇ ਪਾਸੇ ਵੀ ਜਵਾਨੀ ਘਟ ਜਾਣ ਲੱਗ ਪਈਏ ਕਿ ਤੁਹਾਡਾ ਦੋਦ ਹੁੰਦਾ ਸੀ ਜੋ ਤੁਹਾਨੂੰ ਲੋਕੀ ਸਿਹਤ ਕਰ ਵੀ ਜਾਣਦੇ ਸੀ ਤੁਹਾਨੂੰ ਤੁਹਾਨੂੰ ਲੋਕੀ ਜੁੜੇ ਵੀ ਦੇ ਨੇ ਜੋ ਤੁਹਾਡੇ ਸਰੋਤੇ ਸੀ ਤੁਹਾਨੂੰ ਵੀ ਪਛਾਣਦੇ ਸੀ ਅੱਜ ਕਮੀ ਕਿੱਥੇ ਰਹਿ ਗਈ ਕਿਤਾਬਾਂ ਦੀ ਆਪੇ ਇਹ ਗੱਲ ਕਰਨੇ ਜਾਂ ਚਤਚਾ ਕਰੀਏ ਕਿੱਥੇ ਕਮੀ ਰਹਿ ਗਈ ਨੌਜਵਾਨਾਂ ਦੇ ਵਿੱਚ ਹੁਣ ਨਹੀਂ ਦੇਖੋ ਇਦਾਂ ਹੈ ਕਿ ਐਸੇ ਵੀ ਮੈਂ ਮੈਨੂੰ ਸਕੂਲਾਂ ਕਾਲਜਾਂ ਚ ਜਾਣ ਦਾ ਮੌਕਾ ਮਿਲਦਾ ਤੋਂ ਇਹ ਨਹੀਂ ਕਿ ਬੱਚੇ ਨਹੀਂ ਪੜਦੇ ਜਾਂ ਸਾਹਿਤ ਨਾਲ ਨਹੀਂ ਜੁੜੇ ਉਹ ਇੱਕ ਵੱਡੀ ਗੱਲ ਹੋਈ ਕਿ ਜਿਹੜੇ ਨਵੇਂ ਮਾਧਿਅਮ ਜਿਹੜੇ ਆ ਗਏ ਮੋਬਾਈਲ ਆ ਗਿਆ ਔਰ ਸਾਡਾ ਲੈਪਟਾਪ ਆ ਗਿਆ ਉਸ ਚੀਜ਼ ਨੇ ਕਾਫੀ ਫਰਕ ਪਾਇਆ ਕਿ ਬਹੁਤ ਸਾਰਾ ਸਮਾਂ ਕਿ ਵਾਰੀ ਸਾਡਾ ਉਹਨਾਂ ਗੱਲਾਂ ਤੇ ਲੱਗ ਜਾਂਦਾ ਅਸੀਂ ਪੁਸਤਕਾਂ ਜਾਂ ਅਸੀਂ ਜਿਹੜਾ ਗੰਭੀਰ ਸਾਇਤ ਆ ਉਹਦੇ ਨਾਲ ਜੁੜ ਨਹੀਂ ਸਕਦੇ ਤੋਂ ਪਰ ਇਹ ਕਿ ਜਿਹੜੇ ਕੋਸ਼ਿਸ਼ਾਂ ਅਜੇ ਵੀ ਕਦੀ ਨਮਾਇਸ਼ ਲੱਗੇ ਤੁਸੀਂ ਮਾਲਵਾ ਤੇ ਜਾਓ ਤੇ ਐਸੇ ਬੰਦੇ ਕੰਮ ਕਰ ਰਹੇ ਆ ਜਿਵੇਂ ਪੀਪਲਸ ਫੋਰ ਮੈਂ ਬਰਗਾੜੀ ਵਾਲੇ ਉਹ ਹਰ ਸਾਲ ਇਦਾਂ ਦੀ ਨਮਾਇਸ਼ ਕਰਦੇ ਆ ਜਿਹਨੂੰ ਪੜਦੇ ਆ ਸੋ ਵੱਡੀ ਗੱਲ ਕਿ ਸਮਾਂ ਜਦੋਂ ਤਬਦੀਲ ਹੁੰਦਾ ਉਦੋਂ ਕੁਝ ਪਰਵਰਤਨ ਹੁੰਦਾ ਪਰ ਇਹ ਆ ਕਿ ਮੈਂ ਪੰਜਾਬੀਆਂ ਨੂੰ ਇਹੀ ਅਪੀਲ ਕਰਦਾ ਹੁੰਦਾ ਕਿ ਤੁਸੀਂ ਵੀ ਜਿਸ ਤਰ੍ਹਾਂ ਬੰਗਾਲੀ ਨੇ ਕਿ ਬੰਗਾਲੀ ਪੜਨ ਲਈ ਮਸ਼ਹੂਰ ਨੇ ਮਲਿਆਲੀ ਵੀ ਪੜਨ ਲਈ ਬਹੁਤ ਮਸ਼ਹੂਰ ਨੇ ਤੇ ਉਹ ਵਿਆਹਾਂ ਸ਼ਾਦੀਆਂ ਦੇ ਵੀ ਕਿਤਾਬਾਂ ਦੇ ਤੋਹਫੇ ਦਿੰਦੇ ਆ ਜਾਂ ਆਪਣੀਆਂ ਧੀਆਂ ਨੂੰ ਵੀ ਦਾਤ ਚ ਕਿਤਾਬਾਂ ਦਿੰਦੇ ਆ ਦਿਨ ਦਿਹਾਰਤੇ ਵੀ ਉਹਨਾਂ ਨੇ ਕਿਤਾਬਾਂ ਦੇਣੀਆਂ ਸੋ ਅਸੀਂ ਵੀ ਉਸ ਧਰਤੀ ਦੇ ਵਾਸੀਆਂ ਜਿੱਥੇ ਅਸੀਂ ਸ਼ਬਦ ਨੂੰ ਗੁਰੂ ਮੰਨਦੇ ਆ ਔਰ ਸਾਨੂੰ ਵੀ ਪੁਸਤਕਾਂ ਦਾ ਸਬਿਆਚਾਰ ਅਪਣਾਉਣਾ ਚਾਹੀਦਾ ਸਤਿ ਸ੍ਰੀ ਅਕਾਲ ਸਰਕਾਰ ਦੀ ਵੀ ਗੱਲ ਕੀਤੀ ਵੀ ਸਰਕਾਰ ਨਾਲ ਅਗਲੀ ਤੁਹਾਡੀ ਮੀਟਿੰਗ ਵੀ ਹੋਣ ਜਿਆਦਾ ਕੋਸ਼ਿਸ਼ ਕਰਦੇ ਹਾਂ ਵੀ ਮੀਟਿੰਗ ਹੋਈ ਤੇ ਤੁਸੀਂ ਆਪਦੇ ਮੁੱਦੇ ਰੱਖੋ ਤਾਂ ਲੱਗਦੀ ਸੋਚ ਸਰਕਾਰ ਕਿਤੇ ਜਾਗਤ ਹੈਗੀ ਕਿਉਂਕਿ ਆਪਾਂ ਦੇਖੀ ਸੀ ਸੀਐਮ ਸਾਹਿਬ ਨੇ ਵੀ ਜਦੋਂ 550 ਸਾਲ ਆਇਆ ਸੀ ਬੋਰਡ ਲਗਾਏ ਸੀ ਇੰਗਲਿਸ਼ ਵਿੱਚ ਲੱਗੀ ਸੀ ਬਾਅਦ ਵਿੱਚ ਵਿਦੇਹੋਦ ਹੋਇਆ ਕਈ ਬੋਰਡ ਬਦਲੇ ਵੀ ਦਿੱਤੇ ਗਏ ਜਦ ਸੀਐਮ ਸਾਹਿਬ ਦੀ ਗੱਲ ਕਰ ਲਿਓ ਇੰਗਲਿਸ਼ ਵਿੱਚ ਸੋਚ ਜਕਦੇ ਨੇ ਤੁਹਾਨੂੰ ਫਿਰ ਉਮੀਦ ਕੀਤੀ ਜਾਂ ਸਲੀ ਸਰਕਾਰਾਂ ਕੋਲ ਕਿ ਉਹ ਪੰਜਾਬੀ ਦੇ ਹੱਕ ਵਿੱਚ ਖੜੇ ਨੇ ਜਾਂ ਪੰਜਾਬੀ ਨੂੰ ਲੈ ਕੇ ਅੱਗੇ ਜਾਨੂ ਕਰਾਨਗੇ ਲੋਕਾਂ ਨੂੰ ਜਾਂ ਸੁਚੇਤ ਨੇ ਉਹ ਨਹੀਂ ਜ਼ਰੂਰ ਤੁਹਾਡੇ ਕਹਿਣ ਦਾ ਤੇ ਲੋਕਾਂ ਦੇ ਵਿਰੋਧ ਕਰਨ ਦਾ ਅਸਰ ਹੁੰਦਾ ਜਿਵੇਂ ਹੁਣ ਅਸੀਂ ਨਵੀਂ ਕਿਤਾਬ ਸਾਡੀ ਸਾਡੀ ਛਪੀ ਆ ਜਿਹੜੀ ਗੁਰਨਾਥ ਸਾਹਿਬ ਬਾਰੇ ਔਰ ਉਹਨੂੰ ਅਸੀਂ ਦੋਨੇ ਪਾ ਪਾਸ਼ਾਮਾਂ ਦੇ ਵਿੱਚ ਉਹਦਾ ਸੋਇਨੇ ਕਾ ਬਿਰਖ ਉਹਦਾ ਨਾਮ ਆ ਤੋ ਅੰਗਰੇਜ਼ੀ ਤੇ ਇੱਕ ਸਫੇ ਤੇ ਪੰਜਾਬੀ ਆ ਦੋ ਸਫੇ ਤੇ ਅੰਗਰੇਜ਼ੀ ਇਦਾਂ ਹੀ ਜਿਹੜੇ ਇਹਨਾਂ ਦੇ ਸੰਦੇਸ਼ ਵੀ ਆ ਮੁੱਖ ਮੰਤਰੀ ਦਾ ਉਹ ਪੰਜਾਬੀ ਵਿੱਚ ਵੀ ਆ ਅੰਗਰੇਜ਼ੀ ਵਿੱਚ ਵੀ ਆ ਸੋ ਜੇ ਲੋਕ ਤੇ ਲੇਖਕ ਸੇਤ ਰਹਿਣ ਤਾਂ ਜ਼ਰੂਰ ਸਰਕਾਰਾਂ ਦੇ ਅਸਰ ਹੁੰਦਾ ਆਪਾਂ ਸਕੂਲਾਂ ਦੀ ਗੱਲ ਕਰ ਲਈਏ ਸਕੂਲਾਂ ਦੇ ਵਿੱਚ ਆਪਾਂ ਹੁਣ ਤੁਸੀਂ ਵੀ ਗੱਲ ਕੀਤੀ ਸੀ ਕਿ ਜਦੋਂ ਸਕੂਲ ਵਿੱਚ ਪੰਜਾਬੀ ਬੋਲਦੇ ਨੇ ਜਾਂ ਪੜਾਈ ਜਾਂਦੇ ਨੇ ਤਾਂ ਉੱਥੇ ਜਾ ਕੇ ਉਹਨਾਂ ਨੂੰ ਜਵਾਨਾ ਦੇਣਾ ਪੈਂਦਾ ਇਸ ਕਿਉਂ ਬਚਾਤਾ ਦਾ ਬਣ ਗੀਏ ਇਹ ਉਹੀ ਪੰਜਾਬ ਜਿੱਥੇ ਲੋਕੀ ਸਕੂਲ ਚ ਪੜ੍ਹ ਕੇ ਜਾਂ ਗਿਆਨ ਲੈ ਕੇ ਬਾਹਰ ਜਾਂਦੇ ਸੀ ਅੱਗੇ ਜਾ ਕੇ ਲੋਕਾਂ ਨੂੰ ਦੱਸਦੇ ਸੀ ਪੰਜਾਬੀ ਮਾਂ ਬੋਲੀ ਬਾਰੇ ਇਹ ਉੱਥੇ ਜਮਾਨਾ ਰੱਖ ਇਹਨਾਂ ਨੇ ਰੱਖ ਦਿੱਤਾ ਜੇ ਪੰਜਾਬੀ ਕੋਈ ਬੋਲੂਗਾ ਫਿਰ ਸਮੱਸਿਆ ਸਾਨੂੰ ਕਿੱਥੇ ਆ ਰਹੀ ਹੈ ਸਕੂਲਾਂ ਚ ਆ ਰਹੀ ਹੈ ਸਰਕਾਰਾਂ ਤੋਂ ਆ ਰਹੀ ਹੈ ਕਿਸ ਜਗ੍ਹਾ ਤੇ ਜਾ ਕੇ ਪੰਜਾਬੀ ਪਾਸ਼ਾ ਦੇ ਠੱਲ ਪਾਈ ਜਾਂਦੀ ਹੈ ਦੇਖੋ ਇਹ ਬਹੁਤ ਇੱਕ ਗੈਰੀ ਸਮੱਸਿਆ ਇਸ ਲਈ ਆ ਕਿ ਆਮ ਆਮ ਪੰਜਾਬੀ ਦਾ ਇਹੋ ਖਿਆਲ ਬਣ ਗਿਆ ਕਿ ਪੰਜਾਬੀ ਤਾਂ ਮੇਰੇ ਬੱਚੇ ਨੂੰ ਆ ਹੀ ਜਾਣੀ ਆ ਕਿ ਪੰਜਾਬੀ ਤਾਂ ਅਸੀਂ ਸਾਰੇ ਬੋਲਦੇ ਆ ਰਾਹ ਵਿੱਚ ਬੋਲਦੇ ਆ ਕਿ ਸਿਰਫ ਜੇ ਨਹੀਂ ਹੋਣੀ ਤਾਂ ਅੰਗਰੇਜ਼ੀ ਨਹੀਂ ਹੋਣੀ ਸੋ ਇਸ ਲਈ ਉਹ ਇੱਕ ਮਾਪਿਆਂ ਦੇ ਮਨਾਂ 'ਚ ਸਕੂਲ ਵੀ ਇਹ ਭਰਮ ਪਾਉਂਦੇ ਆ ਕਿ ਅਸੀਂ ਤੁਹਾਡੇ ਬੱਚੇ ਨੂੰ ਅੰਗਰੇਜ਼ੀ ਸਿਖਾ ਰਹੇ ਆ ਔਰ ਉਹ ਇਸੇ ਆੜ ਹੀ ਇਠੋ ਜੁਰਮਾਨੀ ਕਰਦੇ ਆ ਔਰ ਜਿਹੜੇ ਮਾਪੇ ਜਾਂ ਸੁਚੇਤ ਹੋ ਜਾਂਦੇ ਉਹ ਬੱਚਿਆਂ ਨੂੰ ਜਰੂਰ ਕਿਉਂਕਿ ਇਸ ਮੈਂ ਐਸੇ ਕਿਸੇ ਭਾਸ਼ਾ ਦੇ ਪ੍ਰਤੀ ਵਿਰੋਧ ਨਹੀਂ ਆ ਸਾਨੂੰ ਅੰਗਰੇਜ਼ੀ ਵੀ ਆਉਣੀ ਚਾਹੀਦੀ ਆ ਸਾਨੂੰ ਹਿੰਦੀ ਵੀ ਆਉਣੀ ਚਾਹੀਦੀ ਆ ਪਰ ਉਹ ਸਾਡੀ ਮਾਂ ਬੋਲੀ ਦੀ ਕੀਮਤ ਤੇ ਨਹੀਂ ਹੋਣੀ ਚਾਹੀਦੀ ਕਿ ਸਾਡੀ ਇੱਕ ਸਾਨੂੰ ਤਰਤੀਬ ਜ਼ਰੂਰ ਠੀਕ ਰੱਖਣੀ ਚਾਹੀਦੀ ਆ ਕਿ ਕੋਈ ਵੀ ਭਾਸ਼ਾ ਆਪਣੇ ਆਪ ਚ ਹਰ ਭਾਸ਼ਾ ਸਤਕਾਰਯੋਗ ਹੈ ਪਰ ਇੱਕ ਨੂੰ ਆਪਾਂ ਜਿਵੇਂ ਕਹਿੰਨੇ ਕਿ ਉਹ ਦੀ ਉਹਦਾ ਇੱਕ ਦਰਜਾ ਉਹਦਾ ਰਤਬਾ ਉਹ ਜ਼ਰੂਰ ਸਾਡੇ ਮਨਾਂ ਵਿੱਚ ਚਾਹੀਦਾ ਕਿ ਅਸੀਂ ਇਹਨੂੰ ਜ਼ਰੂਰ ਅਪਣਾਓ ਆਪਾਂ ਜੇ ਸਰਕਾਰਾਂ ਦੀ ਗੱਲ ਕਰ ਲਈਏ ਜਾਂ ਆਪਾਂ ਗੱਲ ਕਰ ਲਈਏ ਕੋਲੀਆਂ ਸਕੂਲਾਂ ਦੀ ਠੀਕ ਹੈ ਉੱਥੇ ਵੀ ਸਮੱਸਿਆ ਹੈ ਪੰਜਾਬੀ ਨੂੰ ਜਿਹੜਾ ਪੰਜਾਬੀ ਇੱਕ ਬੰਦਾ ਹੈ ਜਾਂ ਪੰਜਾਬੀ ਪਰਿਵਾਰ ਹੈ ਉੱਥੇ ਵੀ ਕੋਈ ਸਮੱਸਿਆ ਹੈ ਕਿਉਂਕਿ ਆਪਾਂ ਦੇਖਦੇ ਹਾਂ ਕਿ ਪੰਜਾਬ ਦੇ ਲੋਕ ਖੁਦ ਹੁਣ ਇੰਗਲਿਸ਼ ਵੱਲੋਂ ਤੁਰਪੇ ਨਹੀਂ ਵੀ ਮੁੰਡਿਆਂ ਨੂੰ ਇੰਗਲਿਸ਼ ਕਰਾਣੀ ਹੈ ਜਾਂ ਆਪਾਂ ਹਾਈਲਾਈਟ ਸੀ ਗੱਲ ਕਰ ਲਈਏ ਕਰਕੇ ਬਾਹਰ ਜਾਂਦੇ ਨੇ ਸਮਾਜ ਵਿੱਚ ਵੀ ਕਿਤੇ ਕਮੀ ਹੈਗੀ ਹੈ ਪੰਜਾਬੀ ਮਾਂ ਬੋਲੀ ਨੂੰ ਜਦ ਸਮਝਾਉਣ ਲੱਗਿਆ ਬੱਚਿਆਂ ਨੂੰ ਵੀ ਸਾਡੀ ਪੰਜਾਬੀ ਮਾਂ ਬੋਲੀ ਹੈ ਜਾਂ ਸਾਡੇ ਇਤਿਹਾਸ ਬਾਰੇ ਦੱਸਣ ਵਿੱਚ ਕਿਤੇ ਕਮੀ ਰਹਿ ਗਈ ਹੈ ਦੇਖੋ ਇਹੋ ਆਪਾਂ ਜਿਹਨੇ ਸਕੂਲ ਦੇ ਪਧਰਤੇ ਕਹਿੰਨੇ ਆ ਪਰ ਇਦਾਂ ਹੀ ਪਰਿਵਾਰ ਦੇ ਪਧਰਤੇ ਬਹੁਤ ਗੱਲਾਂ ਹੁੰਦੀਆਂ ਹੁਣ ਇਦਾਂ ਵੀ ਇਦਾਂ ਦੇ ਮਾਪੇ ਹੈਗੇ ਜਿਹੜੇ ਬਾਹਰ ਵੱਸਦੇ ਆ ਲੇਕਿਨ ਉਹ ਬੱਚਿਆਂ ਨੂੰ ਪੰਜਾਬੀ ਸਿਖਾਉਂਦੇ ਮੈਂ ਇੱਕ ਪਰਿਵਾਰ ਨੂੰ ਜਾਣਦਾ ਉਹਨੇ ਨੇ ਬੱਚਿਆਂ ਨੂੰ ਜੇ ਕੁਝ ਲੈਣਾ ਤੇ ਉਹਨੇ ਕਿਹਾ ਮੈਨੂੰ ਇੱਕ ਸਫਾ ਪੰਜਾਬੀ ਦਾ ਲਿਖ ਕੇ ਦਿਖਾ ਫੇਰ ਲੈ ਕੇ ਦਵਾਂਗੇ ਕਿ ਉਹਨੇ ਇਦਾਂ ਦਾ ਇੱਕ ਲਾਲਚ ਦੇ ਕੇ ਬੱਚਿਆਂ ਆਪਣੇ ਨੂੰ ਪੰਜਾਬੀ ਸਿਖਾਈ ਸੋ ਪਰਿਵਾਰ ਵੀ ਬਹੁਤ ਵੱਡਾ ਰੋਲ ਅਦਾ ਕਰਦਾ ਕਿ ਬੱਚਿਆਂ ਵਿੱਚ ਸਿੱਖਣ ਦੀ ਬਹੁਤ ਸਮਰੱਥਾ ਹੁੰਦੀ ਹੈ ਸੋ ਉਹ ਇੱਕੋ ਵਕਤ ਪੰਜਾਬੀ ਵੀ ਸਿੱਖ ਸਕਦੇ ਆ ਅੰਗਰੇਜ਼ੀ ਵੀ ਸਿੱਖ ਸਕਦੇ ਆ ਸੋ ਇਹ ਉਹਦੇ ਵਿੱਚ ਮਾਪਿਆਂ ਦਾ ਵੀ ਸਮਝ ਲੋ ਕਿ ਜ਼ਿੰਮੇਵਾਰੀ ਹੈ ਪਰ ਬਹੁਤ ਵੱਡੀ ਗੱਲ ਵਿਦਿਅਕ ਅਦਾਰੇ ਆ ਅੱਪਾ ਤੁਸੀਂ ਵਿਧੇ ਮੇਰਾ ਅਰਥ ਇਸ ਵਾਲੀ ਹੈ ਇਹ ਵੀ ਤੁਸੀਂ ਵਿਧੇਗਰਦਾਰੀ ਦੀ ਗੱਲ ਕੀਤੀ ਹੈ ਹੁਣ ਤੁਸੀਂ ਜੇ ਸੀਐਮ ਸਾਹਿਬ ਨਾਲ ਅਗਲੀ ਮੀਟਿੰਗ ਕਰੋਗੇ ਜੇ ਤੁਹਾਡੀ ਗੱਲਬਾਤ ਹੁੰਦੀ ਹੈ ਤਾਂ ਕੀ ਕੀ ਮੁੱਦੇ ਰੱਖੋਗੇ ਕਿਉਂਕਿ ਸਾਹਮਣੇ ਪਹਿਲਾਂ ਤਾਂ ਇਹ ਹੈ ਕਿ ਸੀਐਮ ਸਾਹਿਬ ਨੂੰ ਵੀ ਸਮਝਣਾ ਚਾਹੀਦਾ ਹੈ ਜੋ ਇੰਗਲਿਸ਼ ਚੱਕਨ ਤਾਂ ਸੋਹ ਚੱਕਦੇ ਨੇ ਤਾਂ ਇੰਗਲਿਸ਼ ਵਿੱਚ ਕਿਉਂ ਪੰਜਾਬੀ ਵਿੱਚ ਚੱਕਣ ਜਾਂ ਕਿੰਨਾ ਕੁ ਉਹਨਾਂ ਨੇ ਪੈਸਾ ਪੰਜਾਬੀ ਮਾਂ ਬੋਲੀ ਦੇ ਖਰਚ ਕੀਤਾ ਤੁਸੀਂ ਇਹ ਮੁੱਦੇ ਠਾਹੋਗੇ ਉਹਨਾਂ ਸਾਹਮਣੇ ਉਹਨਾਂ ਸਾਹਮਣੇ ਦੇਖੋ ਸਾਡੇ ਸਾਡੇ ਮੁੱਖ ਮੁੱਦੇ ਤਾਂ ਇੱਕ ਅਸੀਂ ਜਿਸ ਤਰ੍ਹਾਂ ਅਦਾਲਤਾਂ ਦੀ ਪਾਸ਼ਾ ਦਾ ਉਹ ਮੁੱਦਾ ਜ਼ਰੂਰ ਠਾਹਾਂਗੇ ਦੂਸਰਾ ਇਹ ਹੈਗਾ ਕਿ ਜਿਹੜੇ ਪ੍ਰਾਈਵੇਟ ਸਕੂਲਾਂ ਵਿੱਚ ਪੰਜਾਬੀ ਦਾ ਨਿਰਾਦਰ ਹੁੰਦਾ ਉਹ ਉਹ ਵੀ ਇੱਕ ਮੁੱਦਾ ਹੋਏਗਾ ਕਿ ਉਹ ਉੱਥੇ ਬੱਚਿਆਂ ਨੂੰ ਜਿਹੜੀ ਆਪਣੀ ਮਾਂ ਬੋਲੀ ਬੋਲਣ ਦੀ ਮਨਾਹੀ ਹੈ ਉਸ ਦਾ ਬਹੁਤ ਗੰਭੀਰ ਉਹਨਾਂ ਸਾਨੂੰ ਗੰਭੀਰਤਾ ਨਾਲ ਉਸ ਕਰਨ ਨੂੰ ਰੋਕਣਾ ਚਾਹੁੰਦਾ ਕਿਉਂਕਿ ਬੱਚਿਆਂ 'ਚ ਉਹ ਇੱਕ ਹੀਣ ਭਾਵਨਾ ਪੈਦਾ ਕਰਦਾ ਉਹਨਾਂ ਦੇ ਮਨ 'ਚ ਇੱਕ ਸਹਿਮ ਦਿਖਾਮੁਸ਼ੀ ਪੈਦਾ ਪੈਦਾ ਕਰਦਾ ਉਹ ਵੀ ਇੱਕ ਗੰਭੀਰ ਮੁੱਦਾ ਤੀਸਰਾ ਜਿਹੜੇ ਸਰਕਾਰ ਦੇ ਸਕੂਲ कि ਸਰਕਾਰ ਦੇ ਸਕੂਲਾਂ ਨੂੰ ਵੀ ਹੋਰ ਇੱਕ ਬਿਹਤਰ ਬਣਾਉਣ ਦਾ ਮੁੱਦਾ ਵੀ ਹੈ ਕਿਉਂਕਿ ਬਹੁਤ ਸਾਰੇ ਜਿਹੜੇ ਮਾਪੇ ਆ ਸਿਰਫ ਇਸ ਕਰਕੇ ਕਿ ਉਹ ਇੱਕ ਜਵਾਬਦੇਹੀ ਨਹੀਂ ਉਹਨਾਂ ਸਕੂਲਾਂ ਚੇਤਾ ਉਹ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਚ ਭੇਜ ਦਿਆ ਸੋ ਇਸ ਇਹ ਸਾਰੇ ਮੁੱਦੇ ਜ਼ਰੂਰ ਉਠਾਵਾਂਗੇ ਅਸੀਂ ਬਾਕੀ ਲਾਇਬ੍ਰੇਰੀਆਂ ਦੇ ਮੁੱਦੇ ਵੀ ਹੋ ਸਕਦੇ ਆ ਕਿ ਲਾਇਬ੍ਰੇਰੀ ਐਕਟ ਬਣੇ ਭਾਸ਼ਾ ਜਿਹੜਾ ਭਾਸ਼ਾ ਨੂੰ ਲਾਗੂ ਕਰਨ ਦਾ ਵੀ ਐਕਟ ਬਣੇ ਸੋ ਇਹ ਸਾਰੇ ਭਾਸ਼ਾ ਨੂੰ ਜਿੰਨੇ ਵੀ ਲੈ ਕੇ ਮੁੱਦੇ ਹਸੋਸੀ ਉਠਾਵਾਂਗੇ ਸਰ ਬਸ ਇੱਕ ਆਖਰੀ ਸਵਾਲ ਹੈ ਕਿਤਾਬਾਂ ਨੂੰ ਲੈ ਕੇ ਕਿਤਾਬਾਂ ਨਾਲ ਕੀ ਤੁਹਾਡੀ ਸੋਚ ਕੀ ਹੈ ਤੁਹਾਨੂੰ ਲੱਗਦਾ ਕਿ ਕਿਤਾਬਾਂ ਨੂੰ ਲੈ ਕੇ ਆਪਣੇ ਜਿਹੜੇ ਪੰਜਾਬੀਆਂ ਦੀ ਸੋਚ ਬਦਲਦੀ ਜਾ ਰਹੀ ਹੈ ਕਿਤਾਬਾਂ ਤੋਂ ਦੂਰ ਹੁੰਦੇ ਜਾ ਰਹੇ ਨੇ ਆਪਾਂ ਕਿਤਾਬਾਂ ਤੋਂ ਗਿਆਨ ਲੈਣੇ ਆ ਇਤਿਹਾਸ ਪੜ੍ਹਦੇ ਉੱਥੇ ਜਾ ਕੇ ਹੀ ਆਪਾਂ ਅੱਗੇ ਅਵੇਦ ਹੁੰਨੇ ਆ ਸੋਸ਼ਲ ਮੀਡੀਆ ਤੇ ਦੇਖਦਾ ਕਹਿੰਦੇ ਸੋਸ਼ਲ ਮੀਡੀਆ ਉੱਤੇ ਜੇ ਆਪਾਂ ਕੋਈ ਚੀਜ਼ ਪੜ੍ਹਦੇ ਹਾਂ ਇੰਨਾ ਉਸੇ ਦਿਮਾਗ ਜਾਂ ਇੰਨੀ ਉਸ ਆਪਣਾ ਲੱਗਦਾ ਨਹੀਂ ਦਿਮਾਗ ਵੀ ਕਿਸ ਤਿੱਕੇ ਨਾਲ ਪੜ੍ਹਨਾ ਕਿਤਾਬਾਂ ਨੂੰ ਲੈ ਕੇ ਫਿਰ ਤੁਸੀਂ ਕਿਸ ਤਿੱਕੇ ਨਾਲ ਲੱਗੇ ਨਵੇਂ ਅਪਰਾਲੇ ਕਰੋਗੇ ਦੇਖੋ ਕਿਤਾਬਾਂ ਕਿਤਾਬਾਂ ਅਸਲੇ ਪ੍ਰਿੰਟ ਪ੍ਰਿੰਟ ਵੀ ਹੁੰਦੀਆਂ ਬਹੁਤ ਸਾਰੀਆਂ ਬਾਕੀ ਈ-ਬੁਕਸ ਵੀ ਆ ਜਿਹੜੀਆਂ ਤੁਸੀਂ ਉੱਥੇ ਕਿੰਡਲ ਤੇ ਪੜਦੇ ਹੋ ਜਾਂ ਕਿਤੇ ਪੜਦੇ ਹੋ ਤੋਂ ਕਿਤਾਬਾਂ ਦੀ ਅਹਿਮੀਅਤ ਬਹੁਤ ਜ਼ਿਆਦਾ ਔਰ ਸਕੂਲਾਂ 'ਚ ਵੀ ਬੱਚੇ ਕਿਤਾਬਾਂ ਪੜਦੇ ਸੋ ਅਸੀਂ ਕਦੇ ਬਰੀ ਮੈਂ ਇੱਕ ਸਕੂਲ 'ਚ ਫਿਰ ਗਿਆ ਸੀ ਪਿੰਡ ਤੇ ਉਹਨਾਂ ਨੇ ਵੀ ਕਿਹਾ ਵੀ ਸਾਨੂੰ ਮਸਲਾ ਕਿ ਲਾਇਬ੍ਰੇਰੀ ਸੀ ਬਣਾਈ ਫਿਰ ਬੱਚੇ ਕਿਤਾਬਾਂ ਨਹੀਂ ਪੜਦੇ ਸੋ ਅਸੀਂ ਇੱਕ ਯੋਜਨਾ ਐ ਅਪਣਾਈ ਕਿ ਇੱਕ ਕਈ ਵਾਰੀ ਇਦਾਂ ਵੀ ਕਰ ਸਕਦੇ ਜੋ ਕੋਈ ਇੱਕ ਕਿਤਾਬ ਬੱਚਿਆਂ ਨੂੰ ਪੜਨ ਨੂੰ ਦਈਏ ਕਿ ਤੁਸੀਂ ਇਹ ਕਿਤਾਬ ਸਾਰੇ ਪੜ ਕੇ ਆਓ ਮੁਰਕਿਓ ਤੋਂ ਇੱਕ ਕੁਇਜ਼ ਵਰਗਾ ਮੁਕਾਬਲਾ ਹੋਇਆ ਕਰੇ ਸੋ ਬੱਚਿਆਂ ਨੂੰ ਥੋੜਾ ਜਿਹਾ ਇਦਾਂ ਮੁਕਾਬਲੇ ਵਾਲੀ ਸੇ ਪਾ ਕੇ ਜੈਕਰ ਖੇਡ ਵੰਗ ਬਣਾ ਕੇ ਉਹਨਾਂ ਨੂੰ ਲਾਉਣਾ ਪੈਗਾ ਇਸ ਪਾਸੇ ਸੋ ਅਕ ਵਕਤ ਤਰੀਕਿਆਂ ਨਾਲ ਇਹਨੂੰ ਕੀਤਾ ਜਾ ਸਕਦਾ ਇਹ ਸਨ ਸਾਡੇ ਨਾਲ ਸੁਜੀਤ ਪਾਦਰ ਜਿਨ੍ਹਾਂ ਨੇ ਦੱਸਿਆ ਕਿ ਪੰਜਾਬੀ ਮਾਂ ਬੋਲੀ ਲੈ ਕੇ ਅਲੱਗ-ਅਲੱਗ ਜਥੇਬੰਦੀਆਂ ਤੇ ਇਹਨਾਂ ਵੱਲੋਂ ਵੀ ਅੱਗੇ ਪਰ ਚਾਹ ਕੀਤਾ ਜਾ ਰਿਹਾ ਜੀ ਜਿੱਥੇ ਕਿ ਸਮੱਸਿਆ ਹੈਗੀ ਆ ਉਹ ਵੀ ਨਜਿੱਠੇ ਨੂੰ ਤਿਆਰ ਨਹੀਂ ਹੋਣੇ ਸੀਐਮ ਸਾਹਿਬ ਨਾਲ ਮੀਟਿੰਗ ਕਰਨ ਜਾਦੇ ਨੇ ਉਹਨਾਂ ਸਾਹਮਣੇ ਮੁੱਦੇ ਵੀ ਰੱਖਣਗੇ ਕਿ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਕੀ ਕੀ ਸਮੱਸਿਆਵਾਂ ਨੇ ਉਸ ਦਾ ਹੱਲ ਕੀਤਾ ਜਾਵੇ ਤੇ ਅੱਗੇ ਜਾ ਕੇ ਪੰਜਾਬੀ ਮਾਂ ਬੋਲੀ ਤੇ ਵੀ ਕੋਈ ਸਰਕਾਰ ਨੂੰ ਬਜਟ ਜਾਂ ਕੋਈ ਪੈਸੇ ਦੇਣੇ ਬਣਦੇ ਨੇ ਇੱਥੇ ਕਿਉਂਕਿ ਸਾਡਾ ਕਲਚਰ ਜਿਹੜਾ ਹੈ ਅਮੀਰੀ ਕਲਚਰ ਹੈ ਵਿਰਾਸਤੀ ਸਾਡਾ ਕਲਚਰ ਹੈਗਾ ਤੇ ਕਿਤਾਬਾਂ ਤੋਂ ਵੀ ਸਾਨੂੰ ਦੂਰ ਨਹੀਂ ਹੋਣਾ ਚਾਹੀਦਾ ਜਿਵੇਂ ਸੁਜੀਤ ਪਾਤਲ ਜੀ ਨੇ ਦੱਸਿਆ ਕਿ ਕਿਤਾਬਾਂ ਬਹੁਤ ਸਾਡੇ ਲਈ ਮੁੱਖ ਹਨ ਇਤਿਹਾਸ ਬਾਰੇ ਜਾਣਕਾਰੀ ਮਿਲਦੀ ਹੈ ਕਿਤਾਬਾਂ ਪੜ੍ਹ ਕੇ ਸਾਨੂੰ ਉਹ ਦੁਨੀਆ ਬ